ਹੈਲੋ ਮਾਈ ਡੀਅਰ ਫਰੈਂਡਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਈਸੈਲਫ ਡਾਕਟਰ ਅਮਰਿਤਪਾਲ ਸਿੰਘ ਐਂਡ ਆਈ ਵੈਲਕਮ ਆਲ ਆਫ ਯੂ ਇਨ ਥਿਸ ਸਾਇੰਸ ਫਾਰ ਐਸਪੀਰੈਂਟਸ YouTube ਚੈਨਲ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਪਿਛਲੇ ਲੈਕਚਰ ਦੇ ਵਿੱਚ ਡਾਇਰੈਕਸ਼ਨ ਦੇ ਨਾਲ ਰਿਲੇਟਡ ਕੁਝ ਮੈਂਟਲ ਅਬਿਲਟੀ ਦੇ ਕੁਐਸਚਨ ਐਂਡ ਟ੍ਰਿਕਸ ਡਿਸਕਸ ਕੀਤੇ ਸੀ ਐਂਡ ਉਹਦੇ ਨਾਲ ਰਿਲੇਟਡ ਆਈ ਹੈਵ ਗਿਵਨ ਸਮ ਪ੍ਰੈਕਟਿਸ ਪ੍ਰੋਬਲਮਸ ਕੀ ਤੁਹਾਨੂੰ ਪ੍ਰੈਕਟਿਸ ਦੇ ਲਈ ਕੁਝ ਪ੍ਰੋਬਲਮ ਸੋਲਵ ਕਰਨ ਦੇ ਲਈ ਕਿਹਾ ਸੀ ਸੋ ਆਓ ਇਹਨਾਂ ਪ੍ਰੈਕਟਿਸ ਕੁਐਸਚਨਸ ਨੂੰ ਆਪਾਂ ਡਿਸਕਸ ਕਰਦੇ ਹਾਂ ਔਰ ਇਹਨਾਂ ਤੋਂ ਇਲਾਵਾ ਕੁਝ ਹੋਰ ਪ੍ਰੋਬਲਮਸ ਆਪਾਂ ਡਾਇਰੈਕਸ਼ਨ ਸੈਂਸ ਦੇ ਨਾਲ ਰਿਲੇਟਡ ਡਿਸਕਸ ਕਰਦੇ ਹਾਂ ਸੋ ਫਰਸਟ ਕੁਐਸਚਨ ਇਜ਼ ਅ ਚਾਈਲਡ ਇਜ਼ ਲੁਕਿੰਗ ਫਾਰ ਹਿਸ ਫਾਦਰ ਇੱਕ ਬੱਚਾ ਆਪਣੇ ਪਿਤਾ ਨੂੰ ਲੱਭ ਰਿਹਾ ਹੈ ਹੀ ਵੈਂਟ 90 ਮੀਟਰ ਇਨ ਦੀ ਈਸਟ ਡਾਇਰੈਕਸ਼ਨ ਜਿਵੇਂ ਕਿ ਤੁਹਾਨੂੰ ਮੈਂ ਸਾਰਿਆਂ ਨੂੰ ਪਹਿਲੇ ਡਾਇਰੈਕਸ਼ਨ ਸੈਂਸ ਦੱਸੀ ਹੋਈ ਹੈ ਕਿ ਤੁਸੀਂ ਇੱਕ ਡਾਇਰੈਕਸ਼ਨ ਕਿਸ ਤਰ੍ਹਾਂ ਮਾਰਕ ਕਰਨੀ ਹੈ ਸੋ ਉੱਪਰ ਨੂੰ ਨਾਰਥ ਉਹਦੇ ਆਪੋਜ਼ਿਟ ਸਾਊਥ ਉਹਦੇ ਰਾਈਟ ਸਾਈਡ ਤੇ ਈਸਟ ਐਂਡ ਈਸਟ ਦੇ ਵੈਸਟ ਜਿਹੜਾ ਹੈ ਉਹਨੂੰ ਆਪਾਂ ਵੈਸਟ ਕਨਸਿਡਰ ਕਰਨਾ ਹੈ ਸੋ ਆਪਾਂ ਸਟਾਰਟਿੰਗ ਜਿਹੜੀ ਹੈ ਉਹ ਹਮੇਸ਼ਾ origin ਤੋਂ ਕਰਨੀ ਹੈ ਐਟ ਪੁਆਇੰਟ O ਤੋਂ ਸੋ ਬੱਚਾ ਜਿਹੜਾ ਹੈ ਉਹ ਆਪਣੇ ਪਿਤਾ ਨੂੰ ਲੱਭ ਰਿਹਾ ਹੈ ਹੀ ਵੈਂਟ 90 ਮੀਟਰ ਇਨ ਦੀ ਈਸਟ ਕੀ ਉਹ ਈਸਟ ਵੱਲ ਨੂੰ ਮੂਵ ਕਰਦਾ ਹੈ 90 ਮੀਟਰ ਬਿਫੋਰ ਟਰਨਿੰਗ ਟੂ ਹਿਸ ਰਾਈਟ ਕੀ ਫਿਰ ਇਹਦਾ ਮਤਲਬ ਕੀ ਹੈ ਕਿ ਉਹ ਰਾਈਟ ਨੂੰ ਮੁੜ ਰਿਹਾ ਹੈ ਹੀ ਵੈਂਟ 20 ਮੀਟਰ ਬਿਫੋਰ ਟਰਨਿੰਗ ਟੂ ਹਿਸ ਰਾਈਟ ਅਗੇਨ ਫਿਰ ਉਹ ਰਾਈਟ ਨੂੰ ਮੁੜ ਕੇ 20 ਮੀਟਰ ਚੱਲਦਾ ਹੈ ਫਿਰ ਉਹ ਰਾਈਟ ਨੂੰ ਮੁੜ ਜਾਂਦਾ ਹੈ ਅਗੇਨ ਸੋ Again to look for his father, father at his uncle's place 30 meter from this point so the uncle the house so that is 30 meter so let us say he starts from point a reaches B then c and reaches d at his uncle's place so his father was not there from here he went 100 meter to the north before meeting his father ਸੋ ਇਥੋਂ ਉਹ ਜਿਹੜਾ ਹੈ ਉਹ 100 ਮੀਟਰ ਜਿਹੜਾ ਹੈ ਉਹ ਨਾਰਥ ਵੱਲ ਨੂੰ ਚੱਲਦਾ ਹੈ ਸੋ ਜਿੱਥੇ ਕਿ ਉਹ ਆਪਣੇ ਫਾਦਰ ਨੂੰ ਮਿਲਦਾ ਹੈ ਐਟ ਪੁਆਇੰਟ E ਦੇ ਉੱਤੇ ਹਾਓ far did the son meet his father from the starting point ਕਿ ਜਿਹੜਾ son ਹੈ ਉਹ ਆਪਣੇ स्टार्टिंग ਪੁਆਇੰਟ ਤੋਂ ਕਿੰਨੇ ਡਿਸਟੈਂਸ ਦੇ ਉੱਤੇ ਜਿਹੜਾ ਹੈ ਆਪਣੇ ਫਾਦਰ ਨੂੰ ਮਿਲ ਰਿਹਾ ਹੈ ਯਾਨੀ ਕਿ ਆਪਾਂ AE ਡਿਸਟੈਂਸ ਜਿਹੜਾ ਹੈ ਉਹਨੂੰ ਫਾਈਂਡ ਆਊਟ ਕਰਨਾ ਹੈ ਹੁਣ AB ਜਿਹੜਾ ਡਿਸਟੈਂਸ ਹੈ ਉਹ ਸਾਨੂੰ ਪਤਾ ਹੈ that is ਕਿੰਨਾ ਮੂਵ ਕਰ ਰਿਹਾ ਹੈ that is ਟੋਟਲ 90 ਮੀਟਰ ਸੋ AB ਇਸ 90 ਮੀਟਰ CD ਜਿਹੜਾ 30 ਹੈ ਇਹਦਾ ਮਤਲਬ this ਪੁਆਇੰਟ OB ਜਿਹੜਾ ਹੈ ਉਹ ਵੀ 30 ਮੀਟਰ ਹੋਏਗਾ ਸੋ ਇਹਦਾ ਮਤਲਬ OA ਕਿੰਨਾ ਹੋ ਗਿਆ ਸੋ OA ਜਿਹੜਾ ਹੈ ਉਹ ਆਪਾਂ 90 ਦੇ ਵਿੱਚੋਂ 30 ਘਟਾਵਾਂਗੇ ਤੇ ਸਾਡੇ ਕੋਲ 60 ਮੀਟਰ ਆ ਜਾਏਗਾ ਸੋ ਇਹ ਇੱਕ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਬਣ ਰਹੀ ਹੈ ਟ੍ਰਾਇੰਗਲ OAE ਸੋ ਜਿਹਦੇ ਵਿੱਚ OE ਜਿਹੜਾ ਹੈ ਉਹ 30 ਮੀਟਰ ਹੈ ਇਹ ਜਿਹੜਾ ਹੈ ਇਹ ਸਾਨੂੰ ਡਿਸਟੈਂਸ ਜਿਹੜਾ ਹੈ ਇਹ ਵੀ ਦਿੱਤਾ ਹੋਇਆ ਹੈ ਸੋ ਇਹ ਕਿੰਨਾ ਮੂਵ ਕਰ ਰਿਹਾ ਹੈ ਉਹ 100 ਮੀਟਰ ਮੂਵ ਕਰਦਾ ਹੈ ਸੋ ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ BC ਜਿਹੜਾ 20 ਹੈ ਇਹਦਾ ਮਤਲਬ OD ਜਿਹੜਾ ਹੈ ਉਹ ਵੀ 20 ਮੀਟਰ ਹੋਏਗਾ ਸੋ so, ਜੇ OD 20 ਹੈ ਇਹਦਾ ਮਤਲਬ OE ਕਿੰਨਾ ਹੋ ਜਾਏਗਾ ਸੋ OE ਇਸ 100 minus 20 which is equal to 80 ਮੀਟਰ ਸੋ ਇਹ OE ਡਿਸਟੈਂਸ ਜਿਹੜਾ ਹੈ that is 80 ਮੀਟਰ ਸੋ ਟ੍ਰਾਇੰਗਲ ਦੇ ਵਿੱਚ AE ਜਿਹੜੀ ਹੈ which is hypotenuse that is equal to AE² AO² ਆਪਾਂ ਲੈ ਲਈਏ OA² OE² ओ ए है, दैट इज सिक्सटी का स्केयर है प्लस ओ ई दैट इज़ एटी स्केयर है सो सिक्सटी स्केयर इज थर्टी सिक्स हंड्रड एकेयर इज सिक्सटी फोर हंड्रड सो दैट इज इक्वल टू अंडर रूट ऑफ टेन थाउजेंड दस हज़ार का अंडर रूट कि आएगा दैट इज इक्वल टू हंडर्ड मीटर सो ए ई कि होएगा डिस्टेंस दैट इज़ इक्वल टू 100 मीटर सो ऑप्शन बी इज़ द करेक्ट ऑप्शन फॉर क्वेश्चन नंबर वन सो सेकंड क्वेश्चन की है इफ ए टू द साउथ ऑफ बी इफ ए टू द साउथ ऑफ बी कि बीते जेड़ा है साउथ वाली साइड की है ए है सो सपोज दिस इज़ द पोजीशन ऑफ बी एंड ए इज साउथ ऑफ बी कि ए जड़ा है वो साउथ वाली साइड पर है एंड सी इज़ टू द ईस्ट ऑफ बी सी जो है वो बी दे ईस्ट वाली पुजिशन है इन विच डायरेक्शन इज़ ए विद रिसपैक्ट टू सी तो ए सी जो है ए विद रिसपैक्ट टू सी कि किसी विद रिसपैक्ट टू ए की पुजिशन है सो दैट इज दिस डायरेक्शन आप ਦੇਖਣੀ ਹੋਏ ਤੇ ਉਹ ਕਿਹੜੀ ਡਾਇਰੈਕਸ਼ਨ ਹੋਏਗੀ ਸਾਨੂੰ ਪਤਾ ਹੈ ਕਿ ਵੀ ਹੈਵ ਟੂ ਫਾਈਂਡ ਥਿਸ ਡਾਇਰੈਕਸ਼ਨ ਸੋ ਥਿਸ ਇਜ਼ आवर ਨਾਰਥ ਥਿਸ ਇਜ਼ ਸਾਊਥ ਥਿਸ ਇਜ਼ आवर वेस्ट ਥਿਸ ਇਜ਼ ਈਸਟ ਐਂਡ ਥਿਸ ਇਜ਼ आवर ਸਾਊਥ-ਵੈਸਟ ਸੋ ਥਿਸ ఏਸੀ ਡਾਇਰੈਕਸ਼ਨ ਇਜ਼ ਸਾਊਥ-ਵੈਸਟ ਡਾਇਰੈਕਸ਼ਨ ਏ ਵਿਦ ਰਿਸਪੈਕਟ ਟੂ ਸੀ ਸੋ ਆਪਸ਼ਨ 4th ਇਜ਼ ਦੀ ਕਰੈਕਟ ਆਪਸ਼ਨ ਫਾਰ ਕੁਐਸਚਨ ਨੰਬਰ 2 third question is a b and d a b c and d are playing cards oh cards khed rahe han a and b are partners hun cards de vich sanu pata hai ki partners jehde han oh opposite side de utte baithde han so a and b are opposite d faces toward north so d jehda hai oh kidhar nu face kar rya hai d jehda hai oh north direction nu face kar rya hai ਇਫ a ਫੇਸਿਸ ਟੁਵਾਰਡ ਵੈਸਟ ਜੇ a ਦੀ ਜਿਹੜੀ ਡਾਇਰੈਕਸ਼ਨ ਹੈ ਉਹ ਵੈਸਟ ਡਾਇਰੈਕਸ਼ਨ ਨੂੰ ਹੈ ਸਪੋਜ਼ a ਇੱਧਰ ਬੈਠਾ ਹੈ a b ਜਿਹੜੇ ਹਨ ਉਹ ਪਾਰਟਨਰ ਹਨ ਇਹਦਾ ਮਤਲਬ b ਜਿਹੜਾ ਹੈ ਉਹ ਈਸਟ ਡਾਇਰੈਕਸ਼ਨ ਨੂੰ ਫੇਸ ਕਰੇਗਾ ਸੋ ਫਰੋਮ ਥਿਸ ਗਿਵਨ ਸਟੇਟਮੈਂਟ ਦੈਨ ਹੂ ਇਜ਼ ਫੇਸਿੰਗ ਟੁਵਾਰਡਸ ਸਾਊਥ ਸੋ ਇਹਦਾ ਮਤਲਬ ਚਾਰ ਪਾਰਟਨਰ ਹਨ ਚੌਥਾ ਜਿਹੜਾ ਪਾਰਟਨਰ ਹੈ c ਰਹਿ ਗਿਆ so c kidhar face karega that is opposite to d so south wal nu kida face kar rha hai that is c so option second is the correct option for this question next question number 4 is divya journeys 10 km to east divya jehdi hai o east wal nu 10 km chaldi hai suppose it moves towards east that is 10 kilometer and then 10 kilometer to southwest southwest jehdi position hai oh sanu pata hai ki if this is east and this is the southwest direction so ether nu oh move karegi southwest direction nu oh ne 10 kilometer move kita he turns again and journeys 10 kilometer to northwest ਨਾਰਥ-ਵੈਸਟ ਜਿਹੜਾ ਹੈ ਉਹ ਕਿਸ ਡਾਇਰੈਕਸ਼ਨ ਨੂੰ ਹੋਏਗਾ ਸੋ ਦੈਟ ਇਜ਼ ਟੁਵਰਡਸ ਥਿਸ ਡਾਇਰੈਕਸ਼ਨ ਉਹ ਜਿਹੜਾ ਹੈ ਉਹ ਫਿਰ 10 ਕਿਲੋਮੀਟਰ ਜਿਹੜੀ ਹੈ ਉਹ ਨਾਰਥ-ਵੈਸਟ ਡਾਇਰੈਕਸ਼ਨ ਨੂੰ ਮੂਵ ਕਰਦੀ ਹੈ ਸੋ ਵਿਚ ਡਾਇਰੈਕਸ਼ਨ ਇਜ਼ ਇਨ ਫਰੰਟ ਆਫ ਇਨ ਫਰੋਮ ði ਸਟਾਰਟਿੰਗ ਪੋਜੀਸ਼ਨ ਸੋ ਸਟਾਰਟਿੰਗ ਪੋਜੀਸ਼ਨ ਤੋਂ ਕਿਹੜੀ ਡਾਇਰੈਕਸ਼ਨ ਵੱਲ ਨੂੰ ਹੈ ਸੋ ਟੁਵਰਡਸ ਥਿਸ ਡਾਇਰੈਕਸ਼ਨ ਦੈਟ ਇਜ਼ ਟੁਵਰਡਸ ði ਵੈਸਟ ਡਾਇਰੈਕਸ਼ਨ Therefore option 3rd is the correct answer for question number 4 next is question number 5 shobha was facing east shobha jehdi hai oh east nu face kar rahi hai so shobha jehdi hai oh is direction nu face karke khadi hai she walked 20 meters oh 20 meter walk kar di hai turning left ਫੇਰ ਉਹ ਖੱਬੇ ਨੂੰ ਮੁੜ ਜਾਂਦੀ ਹੈ ਖੱਬੇ ਨੂੰ ਕਿੱਧਰ ਨੂੰ ਮੁੜੇਗੀ ਸੋ that is towards this she moved 15 meter ਫੇਰ ਉਹ 15 ਮੀਟਰ ਮੂਵ ਕਰਦੀ ਹੈ ਐਂਡ THEN TURN RIGHT MOVED 25 METERS ਫੇਰ ਉਹ ਰਾਈਟ ਨੂੰ ਮੂਵ ਕਰਕੇ 25 ਮੀਟਰ ਮੂਵ ਕਰਦੀ ਹੈ ਫਾਈਨਲੀ ਸ਼ੀ ਟਰਨਡ ਰਾਈਟ ਐਂਡ ਮੂਵ 15 ਮੀਟਰ ਫੇਰ ਉਹ ਰਾਈਟ ਨੂੰ ਮੂਵ ਕਰਕੇ 15 ਮੀਟਰ ਜਿਹੜੀ ਮੂਵ ਕਰਦੀ ਹੈ ਹਾਉ far is ਸ਼ੀ ਫਰੋਮ ਹਰ ਸਟਾਰਟਿੰਗ ਪੋਜੀਸ਼ਨ ਕਿ ਉਹ ਆਪਣੀ ਸਟਾਰਟਿੰਗ ਪੋਜੀਸ਼ਨ ਤੋਂ ਜਿਹੜੀ ਹੈ ਕਿਸ ਡਾਇਰੈਕਸ਼ਨ ਤੇ ਹੈ ਸੋ ਇਹ ਵਾਲਾ ਡਿਸਟੈਂਸ ਵੀ 15 ਹੈ ਥਿਸ ਇਜ਼ ਅਗੇਨ 15 ਸੋ ਇਹਦਾ ਮਤਲਬ ਇਹ ਡਿਸਟੈਂਸ ਕਿੰਨਾ ਹੋਏਗਾ ਥੈਟ ਇਜ਼ 25 ਸੋ ਦੀ ਟੋਟਲ ਡਿਸਟੈਂਸ ਜਿਹੜਾ ਹੈ ਸਪੋਜ਼ ਏ ਇਜ਼ ਇਨੀਸ਼ੀਅਲ ਪੋਜੀਸ਼ਨ ਐਂਡ ਬੀ ਇਜ਼ ਹਰ ਫਾਈਨਲ ਪੋਜੀਸ਼ਨ ਸੋ ਟੋਟਲ ਜਿਹੜਾ ਕਿੰਨੇ ਡਿਸਟੈਂਸ ਤੇ ਹੈ ਥੈਟ ਇਜ਼ 20 plus 25 which is equal to 45 meter so she is 45 meter away from her starting position that is option 4 is the correct answer next question number 6 jatin leaves his house and walks 12 kilometer towards north so jatin jehda apne ghar to nikalda hai oh 12 kilometer chalda hai north direction nu ਹੀ ਟਰਨਸ ਰਾਈਟ ਐਂਡ ਵਾਕ ਅਨਦਰ 12 ਕਿਲੋਮੀਟਰ ਰਾਈਟ ਮੁੜਦਾ ਹੈ ਫਿਰ ਉਹ 12 ਕਿਲੋਮੀਟਰ ਚੱਲਦਾ ਹੈ ਹੀ ਟਰਨ ਰਾਈਟ ਅਗੇਨ ਐਂਡ ਵਾਕ 12 ਕਿਲੋਮੀਟਰ ਮੋਰ ਫਿਰ ਉਹ ਚੱਲਦਾ ਹੈ ਰਾਈਟ ਨੂੰ ਫਿਰ ਉਹ 12 ਕਿਲੋਮੀਟਰ ਮੁੜਦਾ ਹੈ ਐਂਡ ਟਰਨ ਲੈਫਟ ਟੂ ਵਾਕ 5 ਕਿਲੋਮੀਟਰ ਸੋ ਇਥੋਂ ਉਹ ਲੈਫਟ ਨੂੰ ਟਰਨ ਕਰਦਾ ਹੈ ਤੇ 5 ਕਿਲੋਮੀਟਰ ਜਿਹੜਾ ਹੈ ਹੋਰ ਚੱਲਦਾ ਹੈ so how far is he from his home and in which direction so oh apne ghar to kinni duri te hai so this is 12 this is again 12 so ida matlab this distance jehda hai suppose this is a this is b c d and e so this is again 12 km so we have to find the total distance ae so ae jehda hai So kinnahoiga that is AD plus DE, which is 12 plus 5, which is 17 kilometer. And in which direction? That is towards east direction. Therefore, option number 3 is the correct answer for this question number 6. Next question is question 7. Deepak starter starts walking straight towards east. ਦੀਪਕ ਜਿਹੜਾ ਹੈ ਉਹ ਈਸਟ ਡਾਇਰੈਕਸ਼ਨ ਨੂੰ ਮੂਵ ਕਰਨੇ ਆ ਸ਼ੁਰੂ ਕਰਦਾ ਹੈ ਸੋ ਟੁਵਾਰਡਸ ਦਿਸ ਡਾਇਰੈਕਸ਼ਨ ਆਫਟਰ ਵਾਕਿੰਗ 75 ਮੀਟਰਸ ਹੀ ਟਰਨਸ ਟੂ ਲੈਫਟ ਉਹ 75 ਮੀਟਰ ਚੱਲਦਾ ਹੈ ਸੁਪੋਜ਼ ਹੀ 스타ਟ ਫਰੋਮ A ਰੀਚਸ B ਵਿਚ ਇਜ਼ 75 ਮੀਟਰ ਹੀ ਟਰਨਸ ਟੂ ਲੈਫਟ ਐਂਡ ਵਾਕਸ 25 ਮੀਟਰ ਉਹ ਲੈਫਟ ਨੂੰ ਮੁੜਦਾ ਹੈ ਤੇ 25 ਮੀਟਰ ਜਿਹੜਾ ਡਿਸਟੈਂਸ ਹੈ ਉਹ ਕਵਰ ਕਰਦਾ ਹੈ ਅਗੇਨ ਹੀ ਟਰਨਸ ਟੂ ਦੀ ਲੈਫਟ ਐਂਡ ਵਾਕ ਅ ਡਿਸਟੈਂਸ ਆਫ 40 ਮੀਟਰ ਉਹ ਫੇਰ ਚੱਲਦਾ ਹੈ ਫੇਰ ਉਹ 40 ਮੀਟਰ ਦਾ ਡਿਸਟੈਂਸ ਜਿਹੜਾ ਹੈ ਕਵਰ ਕਰਦਾ ਹੈ ਅਗੇਨ ਹੀ ਟਰਨਸ ਟੂ ਦੀ ਲੈਫਟ ਐਂਡ ਵਾਕ ਅ ਡਿਸਟੈਂਸ ਆਫ 25 ਮੀਟਰ ਫੇਰ ਉਹ ਲੈਫਟ ਨੂੰ ਮੁੜ ਜਾਂਦਾ ਹੈ ਤੇ 25 ਮੀਟਰ ਦਾ ਡਿਸਟੈਂਸ ਜਿਹੜਾ ਹੈ ਉਹ ਕਵਰ ਕਰਦਾ ਹੈ ਸੋ ਥਿਸ ਇਜ਼ 25 ਥਿਸ ਇਜ਼ 25 so he reaches at position e so how far is he from the starting point so starting point jada hai a so ae distance jada hai wo kinna hovega so ab jada hai wo 75 hai cd jada hai wo 40 hai therefore be jada hai wo bhi 40 hovega so total ab is 75 देयर फोर ए ई के बराबर हो जाएगा दैट इज ए बी माइनस बी ई विच इज इक्वल टू सैवनटी फाइव माइनस फोर्टी विच इज इक्वल टू थर्टी फाइव मीटर देयर फोर ही इज थर्टी फाइव मीटर फ्रॉम दटिंग पॉइंट सो ऑप्शन फोर इज द करैक्ट आंसर नैक्सट इज क्वेश्चन नंबर एट ए रैट रनस ट्वेंटी इंच टवर्ड्स ईस्ट ਰੈਟ ਜਿਹੜਾ ਹੈ ਉਹ ਈਸਟ ਵੱਲ ਨੂੰ 20 ਇੰਚ ਦੌੜਦਾ ਹੈ ਐਂਡ ਟਰਨ ਟੂ ਦੀ ਰਾਈਟ ਫਿਰ ਰਾਈਟ ਮੁੜ ਜਾਂਦਾ ਹੈ ਐਂਡ ਰਨਸ 10 ਇੰਚ ਐਂਡ ਟਰਨਸ ਟੂ ਦੀ ਰਾਈਟ ਐਂਡ ਅਗੇਨ ਰਨਸ 9 ਇੰਚ ਸੋ ਹੀ ਰੀਚਸ ਐਟ ਥਿਸ ਪੁਆਇੰਟ ਐਂਡ ਅਗੇਨ ਟਰਨ ਦੀ ਟਰਨ ਟੂ ਦੀ ਲੈਫਟ ਐਂਡ ਰਨਸ 5 ਇੰਚ ਫਿਰ ਲੈਫਟ ਮੋੜਦਾ ਹੈ ਓ 5 ਇੰਚ ਦੌੜਦਾ ਹੈ ਐਂਡ THEN TURNS TO THE LEFT AND RUNS 12 ਇੰਚ ਫਿਰ ਇੱਥੋਂ ਲੈਫਟ ਨੂੰ ਫਿਰ ਮੁੜ ਕੇ ਉਹ 12 ਇੰਚ ਦੌੜਦਾ ਹੈ ਐਂਡ ਫਾਈਨਲੀ টারನ್ಸ್ ਟੂ ਦਿ ਲੈਫਟ ਐਂਡ ਰਨਸ 6 ਇੰਚ ਸੋ ਫਿਰ ਉਹ ਇੱਥੋਂ ਲੈਫਟ ਨੂੰ ਟਰਨ ਕਰਦਾ ਹੈ ਤੇ 6 ਇੰਚ ਦੌੜਦਾ ਹੈ so which direction is the rat facing so rat jehda hai kehi direction nu face kar rya hai so that is rat is facing direction north so option third is the correct answer next question is ramakant walks north word ramakant jehda hai oh north wal nu chalda hai after a while he turns to his right phir oh ਰਾਈਟ ਨੂੰ ਮੁੜ ਜਾਂਦਾ ਹੈ ਐਂਡ ਇਹ ਲਿਟਲ ਫਰਦਰ ਟੂ ਹਿਸ ਲੈਫਟ ਫਿਰ ਉਹ ਅੱਗੇ ਜਾ ਕੇ ਲੈਫਟ ਨੂੰ ਮੁੜ ਜਾਂਦਾ ਹੈ ਫਾਈਨਲੀ ਆਫਟਰ ਵਾਕਿੰਗ ਅ ਡਿਸਟੈਂਸ ਆਫ 1 ਕਿਲੋਮੀਟਰ ਫਿਰ 1 ਕਿਲੋਮੀਟਰ ਚੱਲਣ ਤੋਂ ਬਾਅਦ ਹੀ ਟਰਨਸ ਟੂ ਹਿਸ ਲੈਫਟ ਅਗੇਨ ਫਿਰ ਉਹ ਲੈਫਟ ਨੂੰ ਮੁੜ ਜਾਂਦਾ ਹੈ ਇਨ ਵਿਚ ਡਾਇਰੈਕਸ਼ਨ ਇਜ਼ ਹੀ ਮੂਵਿੰਗ ਨੋ ਸੋ ਹੁਣ ਉਹ ਕਿਹੜੀ ਡਾਇਰੈਕਸ਼ਨ ਨੂੰ ਮੂਵ ਕਰ ਰਿਹਾ ਹੈ ਸੋ ਦੈਟ ਇਜ਼ ਟੁਵਰਡਸ ਦਿਸ ਡਾਇਰੈਕਸ਼ਨ so which is direction west so option 4 is the correct answer so these are the questions which we have discussed related with the direction sense and how we can identify the final direction or how we can identify how much distance somebody has covered so these are some of the practice questions सो व्हिच आर फ्रॉम क्वेश्चन नंबर 10 टू क्वेश्चन नंबर 18 सो so, प्यारे विद्यार्थियों ਤੁਸੀਂ ਇਹ ਕੁਐਸਚਨਸ ਨੂੰ ਜਿਹੜੇ ਹਨ ਇਹਨਾਂ ਨੂੰ ਹੱਲ ਕਰਨਾ ਹੈ ਔਰ ਆਪੋ ਆਪਣੇ ਆਨਸਰ ਜਿਹੜੇ ਹਨ ਉਹ ਕਮੈਂਟ ਬਾਕਸ ਦੇ ਵਿੱਚ ਲਿਖਣੇ ਹਨ ਸੋ ਜਿਹੜੇ ਇਹਨਾਂ ਦੇ ਆਨਸਰ ਹੋਣਗੇ ਕਰੈਕਟ ਆਨਸਰ ਜਿਹੜੇ ਹਨ ਆਈ ਵਿਲ ਰਾਈਟ ਇਨ ਦੀ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜਿਹੜੇ ਹਨ ਇਹਨਾਂ ਦੇ ਆਨਸਰ ਲਿਖ ਦੇਵਾਂਗਾ ਸੋ ਜੇ ਤੁਹਾਨੂੰ ਕੋਈ ਵੀ ਕੁਐਸਚਨ ਦੇ ਵਿੱਚ ਡਾਊਟ ਹੈਗਾ ਆ ਯੂ ਕੈਨ ਆਸਕ ਇਨ தி ਕਮੈਂਟ ਬਾਕਸ ਦੈਨ ਆਈ ਕੈਨ ਡਿਸਕਸ ਯੂਅਰ ਕੁਐਰੀਜ਼ ਓਵਰ देयर ਸੋ ਸੀ ਯੂ ਵਿਦ ਸਮ ਅਦਰ ਵੀਡੀਓਜ਼ ਟਿਲ ਦੈਨ ਸਬਸਕ੍ਰਾਈਬ आवर ਚੈਨਲ ਐਂਡ ਸਟੇ ਟਿਊਨਡ